एशिया टीवी देख रहे सारे ही दर्शकों का स्वागत है जी। मैं कैलगरी तो जसजीत सिंह धामी अज एक विशेष तुहाडे लई बहुत वधिया रिपोर्ट लैके हाजिर हो रहा। कैलगरी दे विच सारे जानते हैं हरनेक सिंह दे नाँ दे उत्ते इंडियन स्वीट एंड रेस्टोरेंट टैंपल ड्राइव दे उत्ते हैगा जी। तुसीं सारे उत्थों तकरीबन लंघते भी हो तो समान भी खरीदते हो। आपां उन्हां दा पहला स्वागत करांगे फिर आपां अग्गे गलबात करांगे जी। तुहाडा निघा स्वागत है भाई साहब जी। आया नहीं जी, थैंक यू। अच्छा जी, पहला हुण आपां गल करते हैं पिछोकड़ दी। पंजाब तो कितों के रहने वाले तुसीं जी? वैसे तो हरियाणे चो, आप पंजाब दे विच मैं स्टार्ट किया मोगे तो जी। अच्छा, उतो अपना बिजनेस? उत्थे यही बिजनेस ही साडा जी। अच्छा जी, स्वीट हाउस दा? स्वीट हाउस दा, हाँ जी। मैं ब्याहवां दा काम भी करता सीगा जी। अच्छा जी, ते अपनी रेस्टोरेंट भी सी उत्थे जी। ठीक है भाजी। हाँ जी। ते भाजी कनेडा कदों आए? मैं 3 जुलाई 2003 च कनेडा आया सीगा जी वर्क परमिट ते। अच्छा जी। हाँ जी, आके फिर हुण पक्के हो गए? पक्के, हाँ जी, मैं 2009 च पक्का होया जी। अच्छा जी, परिवार आ गया, बेटा बेटी ते साडा परिवार सारा इत्थे काम करता जी। अच्छा जी, अपना बिजनेस ते? हाँ जी, बिजनेस ते जी। ठीक है। अही 2012 च लिया सीगा जी बिजनेस। अच्छा, टैंपल ड्राइव ते? टैंपल ड्राइव ते, हाँ जी। ठीक, इंडिया रेस्टोरेंट स्वीट हाउस। ठीक है भाजी। ते बस इत्थे करी जांदे जी, बाकी सारे लोकां नूं पता है जी, ब्याह शादियां दा भी करदे आ, बाकी ਆਪਦਾ ਕੰਮ ਸਾਰਾ ਪਿਆਰ ਆ ਨਾ ਕਮਿਊਨਿਟੀ ਦੇ ਵਿੱਚ, ਉਹਦੇ ਕਰਕੇ ਸਾਰੇ ਪਹਿਲਾਂ ਹੀ ਜਾਣਦੇ ਸੀ। ਹਾਂ ਜੀ, ਮੈਨੂੰ ਇਹ ਸਾਰੇ ਜਾਣਦੇ ਆ ਜੀ, ਇਹ ਬਹੁਤ ਵਧੀਆ, ਮੈਨੂੰ ਸਾਰੇ ਕਮਿਊਨਿਟੀ ਦਾ ਬਹੁਤ ਸਾਥ ਆ ਜੀ। ਹਾਂ ਜੀ, ਹਾਂ ਜੀ, ਵਧੀਆ ਜੀ, ਸਾਰੇ ਬਹੁਤ ਸਾਥ ਦਿੰਦੇ ਆ ਜੀ। ਭਾਜੀ, ਭਾਜੀ ਹੁਣ ਆਪਾਂ ਗੱਲ ਕਰੀਏ ਆਪਣੇ ਬਿਜ਼ਨਸ ਦੀ। ਹਾਂ ਜੀ, ਜਦੋਂ ਤੁਸੀਂ ਇੱਥੇ ਬਿਜ਼ਨਸ ਸ਼ੁਰੂ ਕੀਤਾ ਪਹਿਲਾਂ ਦਿੱਕਤ ਤਾਂ ਆਈ ਕਿ ਨਹੀਂ ਕੋਈ? ਪਹਿਲੇ ਤਾਂ ਆਈ ਹੈ, ਹਾਂਜੀ, ਪਹਿਲੇ ਸਟਾਰਟਿੰਗ ਤਾਂ ਆਉਂਦੀ ਹੈ ਜੀ, ਫਿਰ ਹੌਲਾ ਹੌਲਾ ਫਿਰ ਅੱਪ ਹੁੰਦਾ ਰਿਹਾ ਜੀ। ਹਾਂਜੀ, ਹਾਂਜੀ। ਅਤੇ ਵੈਸੇ ਮੈਨੂੰ ਮੇਰੇ ਸੱਜਣ ਮਿੱਤਰਾਂ ਨੇ ਬਹੁਤ ਸਾਥ ਦਿੱਤਾ ਜੀ ਮੈਨੂੰ। ਜੀ 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 ਅਤੇ ਮੇਰੇ ਵਧੀਆ ਕੰਮ ਨਹੀਂ ਜੀ, ਮੈਂ ਆਪ ਹੀ ਸਾਰਾ ਕੁਛ ਆਪ ਹੀ ਬਣਾਉਂਦਾ, ਆਪ ਹੀ ਵੇਚਦੇ ਹਾਂ ਜੀ, ਬੱਚੇ ਨਾਲ ਕੰਮ ਕਰਦੇ ਹਾਂ ਜੀ। ਵੈਸੇ ਤਾਂ ਪਤਾ ਹੀ ਹੁੰਦਾ ਜੀ ਸਾਰਿਆਂ ਨੂੰ ਵੀ ਅਸੀਂ ਮਠਿਆਈ ਕਿਹੜੀ ਕਿਹੜੀ ਬਣਾਉਂਦੇ ਹਾਂ, ਹਾਂ ਜੀ, ਤੁਸੀਂ ਆਪਣੇ ਮੂੰਹ ਵੀ ਦੱਸੋ ਵੀ ਸਪੈਸ਼ਲ ਕਿਹੜੀ ਚੀਜ਼ ਬਣਾਉਂਦੇ ਹਾਂ? ਮੈਂ ਸਪੈਸ਼ਲੀ ਮੇਰੀ ਆਪ ਦੀ ਖੋਏ ਦੀ ਬਰਫੀ। ਅੱਛਾ ਜੀ, ਗੁਲਾਬ ਜਾਮੁਨ ਨਾਲ ਮਿਲ ਕੇ? ਹਾਂ ਜੀ, ਅਸੀਂ ਵੀ ਬਹੁਤ ਖਾਂਦੇ, ਉਹ ਤਾਂ ਸਾਡੇ ਰਿਸ਼ਤੇਦਾਰੀ ਐਡਮਿੰਟਨ ਤੱਕ ਵੀ ਬਹੁਤ ਜਾਂਦੀ ਹੈ। ਹਾਂ ਜੀ, ਮੈਂ ਆਪ ਹੀ ਇੱਥੇ ਤਿਆਰ ਕਰਦਾ ਜੀ ਸਾਰਾ ਕੁਛ ਹੀ, ਅਤੇ ਵੈਸੇ ਵਿਆਹ ਸ਼ਾਦੀਆਂ ਦੀ ਭਾਜੀ ਐਵਰੀਥਿੰਗ ਨਹੀਂ ਜੀ, ਅਸੀਂ ਮੈਂ ਆਪ ਬਣਾਉਂਦਾ। ਮੇਰੇ ਛੋਟੇ ਭਾਈ ਸਾਹਿਬ ਆ ਇੱਥੇ ਸਤਵਿੰਦਰ ਜੌਲ, ਹਾਂਜੀ, ਆਪਣੇ ਇੱਥੇ ਤੁਹਾਨੂੰ ਪਹਿਲੀ ਵਾਰੀ ਬੁਲਾਏ ਸੀਗੇ, ਤਾਂ ਹੁਣ ਤੁਸੀਂ ਪਿੱਛੇ ਉਹਨਾਂ ਨੇ ਘਰ ਲਿਆ, ਤਾਂ ਜਦੋਂ ਤੁਸੀਂ ਲੈ ਕੇ ਗਏ ਸਮਾਨ? ਹਾਂਜੀ ਹਾਂਜੀ ਹਾਂਜੀ, ਮੈਂ ਉਹਨਾਂ ਦੀ ਐਡਮਿੰਟਨ ਰਿਸ਼ਤੇਦਾਰੀ ਆ, ਉਹ ਕਹਿੰਦੇ ਹੁੰਦੇ ਵੀ ਆਉਣ ਲੱਗੇ ਕੀ ਲੈ ਕੇ ਆਉਂਗੇ, ਕਹਿੰਦੇ ਬਰਫੀ ਲੈ ਆਇਓ। ਹਾਂਜੀ ਹਾਂਜੀ, ਮੈਂ ਉਹਨਾਂ ਦੀ ਕੇਟਰਿੰਗ ਵੀ ਕੀਤੀ, ਉਹਨਾਂ ਦੇ ਘਰ ਲਿਆ ਸੀ ਉਹਨਾਂ ਨੇ, ਅਤੇ ਵੈਸੇ ਵੀ ਸਾਡੇ ਯਾਨੀ ਬਰਫੀ ਉਹ ਲੈ ਕੇ ਜਾਂਦੇ ਜੀ, ਸਾਡੀ ਵੈਂਕੂਵਰ ਵੀ ਜਾਂਦੀ, ਅਮਰੀਕਾ ਤੱਕ ਵੀ ਜਾਂਦੀ ਆ। ਬੱਚੇ ਭਾਜੀ ਅਸਲ ਵਿੱਚ ਸਵਾਦ ਬੜਾ ਬਹੁਤ ਖਾਂਦੇ ਆ, ਕਿਉਂਕਿ ਉਹਦੇ ਵਿੱਚ ਉਹਦਾ ਟੇਸਟ ਹੀ ਇਹੋ ਜਿਹਾ ਆ। ਹਾਂਜੀ, ਕਿਉਂਕਿ ਬੱਚੇ ਨਹੀਂ ਤਾਂ ਇੱਥੇ ਮਿਠਾਈ ਨਹੀਂ ਜ਼ਿਆਦਾ ਖਾਂਦੇ। ਨਹੀਂ ਹਾਂਜੀ, ਪਰ ਉਹ ਜਿਹੜੀ ਬਰਫੀ ਸਪੈਸ਼ਲ ਸਾਡੀ ਬਰਫੀ ਖਾ ਲੈਣ ਜੀ, ਫਿਰ ਦੁਬਾਰੇ ਬਿਲਕੁਲ ਦੁਬਾਰੇ ਆਉਂਦੇ। ਹਾਂਜੀ, ਅਤੇ ਭਾਜੀ ਨਾਲ ਫਿਰ ਕੇਟਰਿੰਗ ਦਾ ਕੰਮ ਵੀ ਆਪਣਾ? ਅਸੀਂ ਵਿਆਹ ਸ਼ਾਦੀਆਂ ਦਾ ਕੰਮ ਕਰਦੇ, ਕੇਟਰਿੰਗ ਦਾ, ਹਾਂਜੀ, ਗੁਰਦੁਆਰਾ ਸਾਹਿਬ ਹਾਲ ਸਾਰੇ ਹੀ ਕਰਦੇ ਹਾਂ ਜੀ। ਠੀਕ ਹੈ ਜੀ, ਠੀਕ ਹੈ ਜੀ, ਅਤੇ ਜਿਹੜਾ ਭਾਜੀ ਆਪਣਾ ਹੁਣ ਇਹ ਲੋਕੇਸ਼ਨ ਆ, ਇਹਦਾ ਐਡਰੈਸ ਵੀ? ਸਾਡੀ ਹੈਗੀ ਆ ਜੀ ਟੈਂਪਲ ਡਰਾਈਵ 'ਤੇ, 7196 ਟੈਂਪਲ ਡਰਾਈਵ, ਨੌਰਥ ਈਸਟ ਕੈਲਗਰੀ। ਠੀਕ ਆ ਭਾਜੀ। ਅਤੇ ਇੰਡੀਆ ਰੈਸਟੋਰੈਂਟ ਸਵੀਟ ਹਾਊਸ। ਹੁਣ ਮੋਰੇ ਤਿਉਹਾਰ ਵੀ ਆ ਰਿਹਾ ਜੀ? ਹਾਂ ਜੀ, ਦੀਵਾਲੀ ਆ ਰਹੀ ਹੈ ਜੀ, ਦੀਵਾਲੀ ਦੀਆਂ ਤਿਆਰੀਆਂ ਬਸ ਚੱਲ ਰਹੀ ਆ, ਮਠਿਆਈ ਦੀਆਂ? ਹਾਂ ਜੀ, ਬਾ ਅੱਜ ਪਹਿਲਾਂ ਰਾਤਾ ਆ ਗਿਆ ਜੀ। ਅੱਛਾ ਜੀ, ਕਰਾਂਗੇ 10 ਕੁ ਦਿਨ ਪਹਿਲਾਂ ਅਸੀਂ ਮਠਿਆਈ ਸ਼ੁਰੂ ਕਰ ਦਿੰਦੇ ਬਣਾਉਣੀ ਜੀ। ਠੀਕ ਆ ਜੀ, ਅਤੇ 10 ਦਿਨ ਪਹਿਲਾਂ ਅਸੀਂ ਲਾਵਾਂਗੇ ਐਤਕੀਰਾ, ਦੇਖੋ ਕਿਵੇਂ ਆ ਜੀ ਹੈਲਥ ਵਾਲਿਆਂ ਦੇ ਕਹਿਣ ਮੁਤਾਬਿਕ। ਹਾਂਜੀ, ਉਹਨਾਂ ਦੇ ਹਿਸਾਬ ਨਾਲ ਹੀ ਉਹਨਾਂ ਦੀ ਗਾਈਡਲਾਈਨ 'ਤੇ ਕਰਾਂਗੇ ਜੀ। ਠੀਕ ਹੈ ਭਾਜੀ, ਠੀਕ ਹੈ ਜੀ। ਅਤੇ ਆਪਾਂ ਹੁਣ ਗੱਲ ਕਰਦੇ ਹਾਂ ਜੀ ਵੀ ਜਿਹੜਾ ਇੱਥੇ ਆਪਾਂ ਸਮਾਨ ਲਾਉਣਾ ਆ, ਹਾਂਜੀ, ਇਹ ਇਨਡੋਰ ਹੀ ਲੱਗੂਗਾ ਸਾਰਾ? ਇਨਡੋਰ ਹੀ ਲੱਗੂ, ਹਾਂਜੀ, ਅਸੀਂ ਸੋਚਦੇ ਹਾਂ ਵੀ ਇਨਡੋਰ ਹੀ, ਅਸੀਂ ਐਤਕੀ ਸੋਚਦੇ ਹਾਂ ਵੀ 2-3 ਬੰਦੇ ਹੋਰ ਹਾਇਰ ਕਰਕੇ ਵੀ ਆਪ ਹੀ ਸਰਵਿਸ ਆਪ ਹੀ ਸੈਲਫ ਕਰੀਏ ਜੀ, ਜਿਵੇਂ ਡੱਬੇ ਡੁੱਬੇ ਆਪ ਹੀ ਭਰੀਏ, ਵੀ ਕੋਈ ਨਾ ਹੱਥ ਲਾਵੇ ਅਤੇ ਆਪ ਦਾ ਹੀ ਰੱਖੀਏ। ਠੀਕ ਆ ਭਾਅ ਜੀ, ਅਤੇ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਆਪਣੇ ਦੇਖ ਰਹੇ ਆ? ਮੈਂ ਕਹਿਣਾ ਚਾਹੁੰਦਾ ਜੀ, ਅਸੀਂ ਦੀਵਾਲੀ ਨੂੰ ਹੋਮ ਹੋਮ ਆ ਕੇ ਆਓ ਜੀ, ਸਾਰੇ ਥੋੜ੍ਹਾ ਪਿਆਰ ਆ ਸਾਨੂੰ, ਹਾਂਜੀ, ਅਤੇ ਵਧੀਆ ਮਿਠਾਈ ਮਿਲੂਗੀ, ਤਾਜ਼ੀ ਮਿਲੂਗੀ ਜੀ, ਅਤੇ ਸਾਰਾ ਕੁਛ ਯਾਨੀ A to Z ਵਧੀਆ ਹੋਊਗਾ ਜੀ ਸਾਨੂੰ। ਠੀਕ ਹੈ ਜੀ, ਬਹੁਤ ਮਿਹਰਬਾਨੀ ਤੁਹਾਡੀ। ਫੋਨ ਨੰਬਰ ਦੱਸੋ ਆਪ? ਹਾਂਜੀ, ਸਾਡਾ ਫੋਨ ਨੰਬਰ ਹੈਗਾ 403-280-4885 ਜੀ। ਮੇਰਾ ਸੈੱਲ ਨੰਬਰ ਹੈਗਾ ਜੀ 403-400-2098, 403-400-2098। ਕਿਆ ਬਾਤ ਹੈ, ਬੜਾ ਸੌਖਾ ਜਿਹਾ ਦੱਸਣਾ ਇਹ ਤਾਂ। ਹਾਂਜੀ, ਮੇਰਾ ਫੋਨ ਨੰਬਰ। ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੀ ਆ ਜੀ ਇਹਨਾਂ ਨੂੰ, ਹਰਨੇਕ ਸਿੰਘ ਹੋਣਾ ਨੂੰ, ਪਰ ਅਸੀਂ ਅੱਜ ਇਹਨਾਂ ਦੇ ਸਪੈਸ਼ਲ ਇੱਥੇ ਆਏ ਸੀ ਵੀ ਇਹਨਾਂ ਬਾਰੇ ਜਿੰਨੀ ਕੁ ਅਸੀਂ ਆਪਣੇ TV ਦੇ ਜ਼ਰੀਏ ਜਾਣਕਾਰੀ ਦੇ ਸਕੀਏ। ਅੱਗੇ ਤੋਂ ਹੋਰ ਕਿਸੇ ਮਹਿਮਾਨ ਦੇ ਨਾਲ ਫਿਰ ਤੁਹਾਨੂੰ ਮਿਲਾਂਗੇ, ਜਦ ਤੱਕ ਤੁਹਾਡਾ ਸਾਡਾ ਰੱਬ ਰਾਖਾ, ਖੁਸ਼ ਰਿਹਾ ਕਰੋ, ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਸਤਿ ਸ਼੍ਰੀ ਅਕਾਲ ਜੀ।